हां जी वेलकम ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਇਆ ਨਵੀਆਂ ਪੋਸਟਾਂ ਦਾ ਨਵਾਂ ਨੋਟੀਫਿਕੇਸ਼ਨ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਜਾਊਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕੌਣ ਕੌਣ ਕਰ ਸਕਦਾ ਹੈ ਅਪਲਾਈ 18000 ਪਲੱਸ ਰਹਿਣ ਵਾਲੀ ਆ ਤੁਹਾਡੀ ਸੈਲਰੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਸਟੂਡੈਂਟ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਿਹਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਲਿਆ ਕਰੋ ਤਾਂ ਕਿ ਆਉਣ ਵਾਲੀ ਹਰ ਇੱਕ ਇੰਪੋਰਟੈਂਟ ਜਾਣਕਾਰੀ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਵੇ ਨਾਲ ਦੀ ਨਾਲ ਆਪਾਂ ਨੇ ਆ ਆਪਾਂ ਐਨਐਮ ਮਲਟੀਪਲ ਹੈਲਥ ਵਰਕਰ ਵਾਰਡ اٹینڈੈਂਟ ਸਟਾਫ ਨਰਸ ਪੈਰਾਮੈਡੀਕਲ ਲਈ ਜਿਹੜੇ ਇੰਪੋਰਟੈਂਟ ਕੁਐਸਚਨਸ ਨੇਗੇ ਸਾਇੰਸ ਦੇ ਕੁਐਸਚਨ ਨੇ ਚਾਹੇ ਉਹ ਚਾਹੇ ਹੋ ਐਨਐਮ ਲਈ ਮਲਟੀਪਲ ਹੈਲਥ ਵਰਕਰ ਵਾਡ ਅਟੈਂਡੈਂਟਲੀ ਇੰਪੋਰਟੈਂਟ ਕੁਐਸਚਨ ਆਉ ਸੀਰੀਜ਼ ਕਰਵਾ ਰਹੇ ਆ ਸ਼ਾਮ ਨੂੰ 4 ਵਜੇ ਵੀਡੀਓ ਅਪਲੋਡ ਹੋਊਗੀ ਸੋ ਹਰ ਰੋਜ਼ ਡੇਲੀ ਵੀਡੀਓਜ਼ ਅਪਲੋਡ ਕਰਿਆ ਕਰਾਂਗੇ ਉਹ ਵੀਡੀਓਜ਼ ਜ਼ਰੂਰ ਦੇਖਿਆ ਕਰੋ ਤਾਂ ਕਿ ਤੁਹਾਡੀ ਆਉਣ ਵਾਲੇ ਪੇਪਰਾਂ ਲਈ ਤਿਆਰੀ ਮਜ਼ਬੂਤ ਹੋ ਸਕੇ ਹਾਂਜੀ ਹੁਣ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਅੱਜ ਦੇ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਅਤੇ ਦਿੰਨੇ ਆ ਕੰਪਲੀਟ ਜਾਣਕਾਰੀ हां जी ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਪਹੁੰਚ ਗਏ ਆ ਨੋਟੀਫਿਕੇਸ਼ਨ ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ ਪਬਲਿਕ ਹੈਲਥ ਪੀਜੀਆ ਚੰਡੀਗੜ੍ਹ ਵੱਲੋਂ ਕੱਢਿਆ ਗਿਆ ਵਾ ਸੋ ਪੋਸਟਾਂ ਤੁਸੀਂ ਦੇਖ ਸਕਦੇ ਹੋ ਨੰਬਰ 1 ਤੇ ਆ ਜੀ ਪੋਸਟ ਟ੍ਰੇਨਿੰਗ ਕੋਆਰਡੀਨੇਟਰ ਠੀਕ ਹੈ ਜੀ ਫਾਰ ਜਲੰਧਰ ਡਿਸਟ੍ਰਿਕਟ ਆ ਐਸੈਂਸ਼ੀਅਲ ਕੁਆਲੀਫਿਕੇਸ਼ਨ ਇਹਨਾਂ ਨੇ ਮੰਗੀ ਆ ਬੀਐਸਸੀ ਬੀਏ ਐਕਸਪੀਰੀਅੰਸ 1 ਤੋਂ 2 ਇਅਰ ਵਰਕ ਐਕਸਪੀਰੀਅੰਸ ਐਜ਼ ਫੀਲਡ ਵਰਕਰ ਇਨਵੈਸਟੀਗੇਟਰ ਐਕਸਪੀਰੀਅੰਸ ਇਨ ਕੈਪੈਸਿਟੀ ਬਿਲਡਿੰਗ ਵਰਕਸ਼ਾਪ ਠੀਕ ਹੈ ਜੀ ਸੋ ਸੈਲਰੀ ਤੁਸੀਂ ਦੇਖ ਸਕਦੇ ਹੋ ਸੈਲਰੀ ਹੈ ਜਿਹੜੀ 16000 ਰਹਿਣ ਵਾਲੀ ਹੈ ਤੁਹਾਡੀ ਤੇ ਨਾਲ ਤੁਹਾਨੂੰ ਡੀਏ 3000 ਪਰ ਮੰਥ ਦਿੱਤਾ ਜਾਊਗਾ ਠੀਕ ਹੈ ਜੀ ਮਤਲਬ 19000 ਤੁਹਾਡੀ ਸੈਲਰੀ ਹੋ ਜੂਗੀ ਠੀਕ ਹੈ ਜੀ ਸੋ ਜਿਹੜੇ ਵੀ ਐਲੀਜੀਬਲ ਕੈਂਡੀਡੇਟ ਨੇ ਉਹ ਜਿਹੜੇ ਅਪਲਾਈ ਕਰਨਾ ਚਾਹੁੰਦੇ ਆ ਤਾਂ ਉਹ ਪੋਸਟਿੰਗ ਫॉर ਜਲੰਧਰ ਲੋਕੇਸ਼ਨ ਦਾ ਇੰਟਰਸਟਿਡ ਕੈਂਡੀਡੇਟਸ ਮਸਟ ਫਿਲ ਦਾ ਡਿਟੇਲਸ ਐਂਡ ਅਪਲੋਡ ਦਾ ਸੀਵੀ ਐਟ ਗੂਗਲ ਲਿੰਕ ਫਾਰਮ ਲਿੰਕ ਅਪ ਟੂ 15 ਸਤੰਬਰ 2022 ਤੱਕ ਸ਼ਾਮ ਦੇ 3 ਵਜੇ ਤੱਕ ਅਪਲਾਈ ਕਰ ਸਕਦੇ ਹੋ ਤੁਸੀਂ ਆਹ نیچے ਇਹਨਾਂ ਨੇ ਗੂਗਲ ਲਿੰਕ ਆ ਜਿਹੜਾ ਇਹ ਦਿੱਤਾ ਹੋਇਆ ਵਾ ਠੀਕ ਹੈ ਇਸ ਲਿੰਕ ਦੇ ਉੱਤੇ ਵਿਜ਼ਿਟ ਕਰਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਇਹ ਜਿਹੜਾ ਇਹ ਪੀਡੀਐਫ ਆ ਤੁਸੀਂ ਆਪਣੇ ਟੈਲੀਗ੍ਰam ਚੈਨਲ ਤੋਂ ਵੀ ਡਾਊਨਲੋਡ ਕਰ ਸਕਦੇ ਹੋ ਜਾਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਆ ਜਿਹੜੀ ਪੀਜੀਆਈ ਹਸਪੀਟਲ ਦੀ ਉੱਥੋਂ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਸੋ ਇਹ ਲਿੰਕ ਤੇ ਜਾ ਕੇ ਤੁਸੀਂ ਆ ਆਪਦਾ ਜਿਹੜਾ ਸੀਵੀ ਆ ਉਹ ਅਪਲੋਡ ਕਰਨਾ ਹੋਊਗਾ ਤੇ ਓਨਲੀ ਸ਼ਾਰਟਲਿਸਟਡ ਕੈਂਡੀਡੇਟਸ ਵਿਲ ਬੀ ਕਾਲਡ ਬਾਈ ਈਮੇਲ ਫਾਰ ਏਨ ਇੰਟਰਵਿਊ 17 ਸਤੰਬਰ ਨੂੰ ਜਿਹੜੇ ਸ਼ਾਰਟਲਿਸਟਡ ਕੈਂਡੀਡੇਟ ਹੋਣਗੇ ਉਹਨਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ 17 ਸਤੰਬਰ ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਹੋਊਗੀ ਇਸੇ ਤਰ੍ਹਾਂ ਹਰ ਇੱਕ ਮੈਡੀਕਲ ਫੀਲਡ ਨਾਲ ਜੁੜੀ ਹੋਈ ਹਰ ਇੱਕ ਪੋਸਟ ਦੀ ਜਾਣਕਾਰੀ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਲਵੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ